प्रगटे गोपाल, प्रगटे गोपाल, प्रगटे गोपाल, गोविंद लालन, प्रगटे गोपाल, प्रगटे गोपाल, प्रगटे गोपाल गोविंद लालन, प्रगटे गोपाल साध संग वकाणिया, साध संग वकाणिया, प्रगटे गोपाल, प्रगटे गोपाल, गोविंद लालन, प्रगटे गोपाल, प्रगटे गोपाल, प्रगटे गोपाल, गोविंद लालन, प्रगटे गोपाल साध संग वकाणिया, साध संग वकाणिया, प्रगटे गोपाल, प्रगटे गोपाल, गोविंद लालन, प्रगटे गोपाल, प्रगटे गोपाल, प्रगटे गोपाल, नस वंजो किल विको, नस वंजो किल विको, करता कर आया, प्रगटे गोपाल, प्रगटे गोपाल, गोविंद लालन, प्रगटे गोपाल साध संग वकाणिया, प्रगटे गोपाल, गोविंद लालन,
प्रगटे गोपाल प्रगटे गोपाल प्रगटे गोपाल दूते दहन पया प्रगटे गोपाल गोविंद लालन प्रगटे गोपाल साध संग वकाणिया साध संग वकाणिया प्रगटे गोपाल प्रगटे गोपाल गोविंद लालन प्रगटे गोपाल प्रगटे गोपाल प्रगटे गोपाल अचरज डीठा अम्यो ऊटा अचरज डीठा अम्यो ऊटा प्रगटे गोपाल गोविंद लालन प्रगटे गोपाल साध संग वकाणिया साध संग वकाणिया प्रगटे गोपाल गोविंद लालन प्रगटे गोपाल प्रगटे गोपाल प्रगटे गोपाल मन शांत आई वजी बताई मन शांत आई वजी बताई
गोविंद लाल प्रगटे गोपाल साध संग वकानिया साध संग वकानिया प्रगटे गोपाल प्रगटे गोपाल गोविंद लालन प्रगटे गोपाल प्रगटे गोपाल प्रगटे गोपाल बिनवंत नानक सुख सहज मेला बिनवंत नानक सुख सहज मेला प्रभु आप बनाया प्रगटे गोपाल प्रगटे गोपाल गोविंद लाल प्रगटे गोपाल साध संग वकानिया साध संग वकानिया प्रगटे गोपाल वाहिगुरु प्रगटे गोपाल वाहिगुरु प्रगटे गोपाल गोविंद लाल प्रगटे गोपाल वाहिगुरु प्रगटे गोपाल वाहिगुरु प्रगटे गोपाल नस वंजो किल विप्रो करता कर आया दूते दल गुरु प्रगटे गोपाल गोविंद लालन प्रगटे गोपाल प्रगटे गोपाल प्रगटे गोपाल गोविंद लालन प्रगटे गोपाल सत्कार गुस्सा सुनियो अगला शब्द
ਸਰਵਣ ਕਰਨ ਤੋਂ ਪਹਿਲਾਂ ਜਿਤਨੇ ਮਾਈ ਭਾਈ ਸਜਿਓ, ਇੱਕ ਵਾਰ ਸ਼ਬਦ ਦੀ ਪਹਿਲੀ ਪੰਕਤੀ ਨੂੰ ਸਾਰੇ ਰਲ ਕੇ ਪੜ੍ਹੀਏ। ਬਿਨਾਂ ਤਬਲੇ ਦੇ ਗਾਵਾਂਗੇ ਤਾਂ ਕਿ ਸਾਰੇ ਗਾਓ, ਇੱਕ ਪਾਸੇ ਸੇਵਕ, ਇੱਕ ਪਾਸੇ ਸਾਰੀ ਸੰਗਤ। ਉਹ ਵੀ ਇੱਕ ਸਮਾਂ ਪਟਨਾ ਸਾਹਿਬ ਧੰਨ ਮਾਤਾ ਗੁਜਰੀ, ਜਿੱਥੇ ਕਲਗੀਆਂ ਵਾਲੇ ਨੇ ਅਵਤਾਰ ਲਿਆ। ਪਟਨਾ ਸ਼ਹਿਰ ਸੀ ਸਦੀਆਂ ਤੋਂ, ਪਟਨਾ ਸਾਹਿਬ ਹੋ ਗਿਆ। ਮਨ ਬਿਰਤੀਆਂ, ਪਟਨਾ ਸਾਹਿਬ ਦੇ ਕਰੋ ਦਰਸ਼ਨ, ਬਿਰਤੀ ਦੀਆਂ ਅੱਖਾਂ ਬਣਾ ਕੇ ਅਤੇ ਨਾਲੇ ਕਰੋ ਰਸਨਾ ਪੀਤਰ। ਪ੍ਰਗਟੇ ਗੋਪਾ ਗੋਬਿੰਦ ਲਾਲ, ਪ੍ਰਗਟੇ ਗੋਪਾਲ ਜਪੋ, ਪ੍ਰਗਟੇ ਗੋਪਾਲ ਵਾਹਿਗੁਰੂ, ਪ੍ਰਗਟੇ ਗੋਪਾਲ ਗੋਬਿੰਦ ਲਾਲ, ਪ੍ਰਗਟੇ ਗੋਪਾਲ, ਪ੍ਰਗਟੇ ਗੋਪਾਲ ਗੋਬਿੰਦ ਲਾਲ ਜਪੋ, ਪ੍ਰਗਟੇ ਗੋਪਾਲ ਵਾਹਿਗੁਰੂ, ਪ੍ਰਗਟੇ ਗੋਪਾਲ ਗੋਬਿੰਦ ਲਾਲ, ਪ੍ਰਗਟੇ ਗੋਪਾਲ, ਪ੍ਰਗਟੇ ਗੋਪਾਲ ਗੋਬਿੰਦ ਲਾਲ, ਪ੍ਰਗਟੇ ਗੋਪਾਲ ਸਾਧ ਸੰਗ ਵਕਾਣਿਆ, ਸਾਧ ਸੰਗ ਵਕਾਣਿਆ, ਪ੍ਰਗਟੇ ਗੋਪਾਲ ਵਾਹਿਗੁਰੂ, ਗੋਬਿੰਦ ਲਾਲ, ਪ੍ਰਗਟੇ ਗੋਪਾਲ, ਪ੍ਰਗਟੇ ਗੋਪਾਲ, ਪ੍ਰਗਟੇ ਗੋਪਾਲ ਗੋਬਿੰਦ ਲਾਲ, ਪ੍ਰਗਟੇ ਗੋਪਾਲ ਵਾਹਿਗੁਰੂ। ਪਰਮ ਸਤਿਕਾਰ ਗੁਰਸਾਹਿਬ ਸਿੰਘ ਜੀ, ਸ਼ਬਦ ਪੜ੍ਹਨ ਵਾਸਤੇ ਹੁਕਮ ਹੋਇਆ ਸੀ, ਤੁਮ ਕਰੋ ਦਿਆ ਮੇਰੇ ਸਾਈਂ, ਪਹਿਲਾਂ ਹੀ ਸ਼ਬਦ ਪੜ੍ਹ ਕੇ ਫਿਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਅਤੇ ਗੁਰੂ ਇਤਿਹਾਸ ਦੀ ਵਿਚਾਰ ਕਰਾਂਗੇ, ਕਿਉਂਕਿ ਕਿਸੇ ਵੇਲੇ ਸੁਣਿਆ ਹੋਇਆ ਕੁਝ ਮਨ ਨੂੰ ਚੰਗਾ ਲੱਗਦਾ, ਕੋਈ ਕਿਸੇ ਦੀ ਮਾੜੀ ਗੱਲ ਸਾਰੀ ਉਮਰ ਨਹੀਂ ਭੁੱਲਦਾ, ਪਰ ਧੰਨ ਹਨ ਗੁਰੂ ਦੇ ਪਿਆਰੇ ਜਿਹੜੇ ਗੁਰੂ ਦੇ ਸ਼ਬਦ ਨੂੰ ਆਪਣੇ ਦਿਲ 'ਚ ਵਸਾ ਕੇ ਬੈਠੇ ਹਨ। ਆਓ ਨਾਲੇ ਆਪਾਂ ਸਾਰੇ ਗ੍ਰਿਸਤੀ ਹਾਂ, ਘਰ ਪਰਿਵਾਰ ਕੰਮਾਂ ਕਾਰਾਂ ਵਾਲੇ, ਕੁਝ ਨਾ ਕੁਝ ਤਾਂ ਚਾਹੀਦਾ ਹੈ ਨਾ,
ਇੱਕ ਬੱਚੇ ਦਾ ਜਨਮ ਦਿਨ ਹੋਵੇ ਤੇ ਮਾਂ ਬਾਪ ਕਿੰਨਾ ਕੁਝ ਵੰਡਦੇ ਆ। ਅੱਜ ਤੇ ਪਿਤਾ ਦਾ ਪ੍ਰਕਾਸ਼ ਦਿਹਾੜਾ, ਆਖੋ ਸਾਥਣਾ ਜੋ ਇੱਛਾ ਹੈ ਅਰਦਾਸ ਕਰੀਏ ਦਾਤਾ, ਸਾਡੇ ਵੀ ਕੱਲ ਕਲੇਸ਼ ਦੂਰ ਹੋਣ, ਘਰ ਪਰਿਵਾਰ ਸੁਖੀ ਵਸੇ, ਕਿਰਤ ਕਮਾਈਆਂ ਚ ਬਰਕਤਾਂ ਹੋਣ, ਮਨ ਦੀਆਂ ਇਛਾਵਾਂ ਪੂਰੀਆਂ ਹੋਣ, ਇਉਂ ਹੀ ਤੇਰੇ ਚਰਨਾਂ ਨਾਲ ਜੁੜੇ ਰਹੀਏ। ਆਓ ਸਾਰੇ ਜਪੋ ਜੀ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ।
मत दीजे मेरे ठाकुर, मेरे ठाकुर, मेरे ठाकुर, मेरे ठाकुर, मेरे ठाकुर, ऐसी मत दीजे मेरे ठाकुर, सदा सदा तुद न्याय तुम करो दया मेरे साथ, तुम करो दया मेरे साथ, तुम करो दया मेरे साथ, तुम करो दया मेरे साथ। ये जो पावन शब्द ਹੁਣ ਆਪਾਂ ਸਾਰੇ ਰਲ ਕੇ ਸਰਵਣ ਕਰਾਂਗੇ ਗਾਵਾਂਗੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਨ ਕੀਤਾ ਪਾਵਨ ਸ਼ਬਦ। ਸਾਹਿਬ ਜੀ ਸਾਨੂੰ ਮੰਗਣ ਦਾ ਢੰਗ ਦੱਸਦੇ ਨੇ, ਮੰਗਣਾ ਕਿਵੇਂ ਹੈ। ਉਸ ਅਕਾਲ ਪੁਰਖ, ਅਕਾਲ ਪੁਰਖ ਦਾ ਰੂਪ ਤੁਹਾਨੂੰ ਗੁਰੂ ਨਾਨਕ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਅਤੇ ਗੁਰੂ ਨਾਨਕ ਦਾ ਹੀ ਰੂਪ ਹਨ ਗੁਰੂ ਤੇਗ ਬਹਾਦਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦਸਵਾਂ ਪਾਤਸ਼ਾਹ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮੰਗਣਾ ਕਿਵੇਂ ਹੈ, ਸਿਫਤ ਕਰਨੀ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਜਿਹੜਾ ਨਿਮਾਣਾ ਔਖੇ ਤੇਰੇ ਦਰ ਤੇ ਆਉਂਦਾ ਹੈ ਨਾ, ਤੂੰ ਆਪਣੇ ਗਲ ਨਾਲ ਲਗਾ ਲੈ। ਇਸੇ ਸ਼ਬਦ ਚ ਕਿਹਾ ਮੈਨੂੰ ਆਪਣਾ ਸਮਝ ਕੇ ਮੇਰੇ ਤੇ ਕਿਰਪਾ ਕਰਿਓ, ਚੰਗਾ ਵਾਂ ਮਾੜਾ ਵਾਂ ਜੈਸਾ ਵੀ ਹਾਂ ਤੇਰੇ ਨਾਲ ਪਿਆਰ ਬਹੁਤ ਕਰਦਾ ਸਤਿਗੁਰ, ਮੇਰੇ ਗੁਨਾਹ ਨਾ ਦੇਖੀ ਮੇਰੇ ਗੁਨਾਹ ਬਹੁਤ ਹਨ, ਇਤਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ ਦਾਤਾ ਸਾਡੇ ਔਗਣ ਨਾ ਦੇਖੀ, ਔਗਣ ਲੈ ਕੇ ਆਏ ਆ, ਇਹ ਨੌਗਨਾਂ ਨੂੰ ਬਖਸ਼ ਕੇ ਝੋਲੀ ਵਿੱਚ ਖੁਸ਼ੀਆਂ ਪਾ। ਆਖੋ ਸਤਨਾਮ, ਜੋ ਕੋਈ ਮਨ ਦੀ ਇੱਛਾ ਹੈ ਮਨ ਵਿੱਚ ਲਿਆਓ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਰੋ ਕਲਗੀਆਂ ਵਾਲੇ ਪਿਤਾ ਦੇ ਦਰਸ਼ਨ, ਸੀਸ ਤੇ ਸੋਹਣੀ ਦਸਤਾਰ, ਜਿਗਾ ਕਲਗੀ ਨੂਰੀ ਨੂਰ ਚਿਹਰਾ, ਸੁੰਦਰ ਦਾੜਾ, ਰੇਸ਼ਮੀ ਬਸਤਰ, ਸ਼ਸਤਰ ਸਜੇ ਹੋਏ, ਕਲਗੀਆਂ ਵਾਲੇ ਦੇ ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ। ਆਉਣ ਵਾਲੇ ਸਾਰੇ ਰਲ ਕੇ ਪੜ੍ਹੀਏ, तुम हो सब राजन के राजा, तुम हो सब राजन के राजा, आपे आप गरीब निवाजा, गरीब निवाजा, आपे आप गरीब निवाजा, गरीब निवाजा, तुम हो सब राजन के राजा, तुम हो सब राजन के राजा।
ਵਿੱਚ ਰੁਕਣਾ ਨਹੀਂ, ਸ਼ਬਦ ਪੜ੍ਹਦੇ ਜਾਣਾ, ਪਰ ਰੁਕੇ ਤਾਂ ਕਿ ਗਾਓ ਸਾਰੇ। ਗੁਰੂ ਦਰਬਾਰ ਸਜਿਓ, ਘਰਾਂ ਚ ਬੈਠੇ ਹੋ, ਜਿੱਥੇ ਵੀ ਸੁਣ ਰਹੇ ਹੋ, ਗੁਰੂ ਦਾ ਗੁਰਪੁਰਬ ਮਨਾ ਰਹੇ ਹਾਂ। ਜਿਹਦਾ ਗੁਰਪੁਰਬ ਮਨਾ ਰਹੇ ਹਾਂ ਉਹਦੇ ਅੱਗੇ ਝੋਲੀ ਅੱਡਣੀ, ਆਖੋ ਸਤਿਨਾਮ। ਤੁਮ ਹੋ ਸਮਰਾਜਨ ਕੇ ਰਾਜਾ, ਤੁਮ ਹੋ ਸਮਰਾਜਨ ਕੇ ਰਾਜਾ, ਆਪਣੇ ਆਪ ਗਰੀਬ ਨਿਵਾਜਾ, ਗਰੀਬ ਨਿਵਾਜਾ। ਆਪੇ ਆਪ ਗਰੀਬ ਨਿਵਾਜਾ, ਗਰੀਬ ਨਿਵਾਜਾ। ਤੁਮ ਹੋ ਸਮਰਾਜਨ ਕੇ ਰਾਜਾ, ਤੁਮ ਹੋ ਸਮਰਾਜਨ ਕੇ ਰਾਜਾ। ਜਾਨ ਆਪਣਾ ਮੁਝੇ ਨਿਵਾਜ, ਜਾਨ ਆਪਣਾ ਮੁਝੇ ਨਿਵਾਜ, ਆਪ ਕਰੋ ਹਮਰੇ ਸਭ ਕਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਮਰਾਜਨ ਕੇ ਰਾਜਾ, ਤੁਮ ਹੋ ਸਮਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਗਰੀਬ ਨਿਵਾਜਾ। ਆਪੇ ਆਪ ਗਰੀਬ ਨਿਵਾਜਾ, ਗਰੀਬ ਨਿਵਾਜਾ। ਤੁਮ ਹੋ ਸਮਰਾਜਨ ਕੇ ਰਾਜਾ, ਤੁਮ ਹੋ ਸਮਰਾਜਨ ਕੇ ਰਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਰ ਪਰਾ ਮੈਂ ਆਨ ਦੁਆਰ ਤੋਹੇ, ਹਰ ਪਰਾ ਮੈਂ ਆਨ ਦੁਆਰ ਤੋਹੇ। ਤੁਮ ਹੋ ਸਮਰਾਜਨ ਕੇ ਰਾਜਾ, ਤੁਮ ਹੋ ਸਮਰਾਜਨ ਕੇ ਰਾਜਾ, ਆਪਣੇ ਆਪ ਗਏ
ਗਰੀਬ ਨਿਵਾਜਾ ਆਪਿਆ ਗਰੀਬ ਨਿਵਾਜਾ ਗਰੀਬ ਨਿਵਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਧਾਰਾ ਤੁਮ ਸਾਹਿਬ ਮੈਂ ਕਿੰਕਰ ਧਾਰਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਗਰੀਬ ਨਿਵਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਦਾਸ ਜਾਨ ਦੇ ਹੱਥ ਉਬਾਰੋ ਦਾਸ ਜਾਨ ਦੇ ਹੱਥ ਉਬਾਰੋ ਹਮਰੇ ਸਭ ਪੈਰਨ ਸੰਘਾਰੋ ਹਮਰੇ ਸਭ ਪੈਰਨ ਸੰਘਾਰੋ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਗਰੀਬ ਨਿਵਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਜਪੋ ਜੀ ਆਪੇ ਆਪ ਗਰੀਬ ਨਿਵਾਜਾ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਗਰੀਬ ਨਿਵਾਜਾ
ਤੁਮ ਸਮਰਾਜਨ ਕੇ ਰਾਜਾ, ਤੁਮ ਸਮਰਾਜਨ ਕੇ ਰਾਜਾ, ਤੁਮ ਸਮਰਾਜਨ ਕੇ ਰਾਜਾ, ਤੁਮ ਸਮਰਾਜਨ ਕੇ ਰਾਜਾ, ਰਾਜਨ ਮੈਂ ਤੂੰ ਰਾਜਾ ਕਹੀ, ਤੁਮ ਹੋ ਸਭ ਰਾਜਨ ਕੇ ਰਾਜਾ, ਰਾਜਨ ਮੈਂ ਤੂੰ ਰਾਜਾ ਕਹੀ, ਪੂਮਨ ਮੈਂ ਪੂਮਾ ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ ਰਾਜਨ ਮੈਂ ਤੂੰ ਰਾਜਾ ਕਹੀ, ਤੁਮ ਹੋ ਸਭ ਰਾਜਨ ਕੇ ਰਾਜਾ। ਜਪੋ ਜੀ ਜਿਹੜੇ ਨਾਲ ਜਪ ਸਕਦੇ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ, ਤੁਮ ਹੋ ਸਭ ਰਾਜਨ ਕੇ ਰਾਜਾ, ਕੋ ਹਰ ਸਮਾਨ ਨਹੀਂ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਜਾਂ ਕੇ ਵਸ ਖਾਨ ਸੁਲਤਾਨ, ਤੁਮ ਹੋ ਸਭ ਰਾਜਨ ਕੇ ਰਾਜਾ, ਜਾਂ ਕੇ ਵਸ ਖਾਨ ਸੁਲਤਾਨ, ਜਾਂ ਕੇ ਵਸ ਹੈ ਸਗਲ ਜਹਾਨ, ਤੁਮ ਹੋ ਸਭ ਰਾਜਨ ਕੇ ਰਾਜ, ਮੈਂ ਰਾਜ ਜੋਗ ਮੈਂ ਜੋਗੀ, ਤੁਮ ਹੋ ਸਭ ਰਾਜਨ ਕੇ ਰਾਜਾ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀ ਸਰ ਗ੍ਰਿਸਤ ਮੈਂ ਭੋਗੀ, ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜਿਉ, ਤੁਮ ਹੋ ਸਭ ਰਾਜਨ ਕੇ ਰਾਜਾ, ਤੇਗ ਸਾਚੋ ਦੇਗ ਸਾਚੋ, ਤੁਮ ਹੋ ਸਭ ਰਾਜਨ ਕੇ ਰਾਜਾ, ਤੇਗ ਸਾਚੋ ਦੇਗ ਸਾਚੋ, ਸੂਰਮਾ ਸਰਨ ਸਾਚੋ, ਸਾਚੋ ਪਾਤਸ਼ਾਹ ਗੁਰ ਗੋਬਿੰਦ ਸਿੰਘ ਕਹਾਇਓ ਹੈ, ਤੁਮ ਹੋ ਸਮਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ
ਗਰੀਬਨ ਵਾਜਾ ਆਪਣੇ ਆਪ ਗਰੀਬਨ ਵਾਜਾ ਗਰੀਬਨ ਵਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਸਾਚੋ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਾਇਓ ਹੈ ਨਾਸੁਰੋਂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਪੈਜੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਆਪਣੇ ਆਪ ਗਰੀਬਨ ਵਾਜਾ ਗਰੀਬਨ ਵਾਜਾ ਆਪਣੇ ਆਪ ਗਰੀਬਨ ਵਾਜਾ ਗਰੀਬਨ ਵਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤਨ ਐ ਤਨ ਐ ਲੋਕਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਆਪਣੇ ਆਪ ਗਰੀਬਨ ਵਾਜਾ ਗਰੀਬਨ ਵਾਜਾ ਆਪਣੇ ਆਪ ਗਰੀਬਨ ਵਾਜਾ ਗਰੀਬਨ ਵਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਅੰਮ੍ਰਿਤ ਵੇਲਾ ਪਟਨਾ ਸ਼ਹਿਰ ਸਾਰਾ ਸ਼ਹਿਰ ਸ਼ਾਂਤ ਹੈ ਲੋਕ ਸੁੱਤੇ ਹਨ ਪਰ ਪਟਨਾ ਸ਼ਹਿਰ ਗੰਗਾ ਘਾਟ ਪੰਡਿਤ ਸ਼ਿਵ ਦੱਤ ਚੌਂਕੜਾ ਮਾਰ ਕੇ ਬੈਠਾ ਹੈ ਠੰਡੀ ਠੰਡੀ ਹਵਾ ਵਗ ਰਹੀ ਹੈ ਆਕਾਸ਼ ਤੇ ਚੰਦਰਮਾ ਵੀ ਹੈ ਸਿਤਾਰੇ ਵੀ ਚੜੇ ਹੋਏ ਨੇ ਹਲਕੀ ਹਲਕੀ ਚੰਦ ਦੀ ਰੋਸ਼ਨੀ ਵੀ ਹੈ
ਗੰਗਾ ਦਾ ਪਾਣੀ ਵੀ ਸ਼ਾਂਤ ਹੈ। ਇਸ ਸਮੇਂ ਪੰਡਿਤ ਸ਼ਿਵ ਦੱਤ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਬੈਠਾ ਅਰਦਾਸ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ। ਪਹਿਲਾ ਨਾਮ ਸਤਿਗੁਰਾਂ ਦਾ ਗੋਬਿੰਦ ਰਾਏ। ਸ਼ਿਵ ਦੱਤ ਕਹਿੰਦਾ ਹੈ ਗੋਬਿੰਦ ਰਾਏ, ਅਗਰ ਤੂੰ ਸੱਚਮੁੱਚ ਕੋਈ ਭਾਰੀ ਅਵਤਾਰ ਪ੍ਰਗਟ ਹੋਇਆ ਹੈ ਫਿਰ ਮੈਨੂੰ ਆਵਾਜ਼ ਮਾਰ ਕੇ ਮਿਲ। ਆਖੋ ਸਾਧਨਾ, ਮੈਨੂੰ ਆਵਾਜ਼ ਮਾਰ ਕੇ ਮਿਲ। ਅਰਦਾਸ ਸੁਣੀ ਜਾਂਦੀ ਹੈ ਜਦੋਂ ਅੰਦਰੋਂ ਬੋਲ ਪਿਆਰ ਵਿੱਚ ਸ਼ਰਧਾ 'ਚ ਭਿੱਜ ਕੇ ਨਿਕਲਦੇ। ਸ਼ਿਵ ਦੱਤ ਕਹਿੰਦਾ ਮੈਂ ਤਾਂ ਤੈਨੂੰ ਮੰਨਾਂ ਜੇ ਮੈਨੂੰ ਆਵਾਜ਼ ਮਾਰ ਕੇ ਮਿਲੇ। ਮਨ ਜੁੜਿਆ ਹੋਇਆ ਇਹ ਗੰਗਾ ਘਾਟ ਦਾ ਕਿਨਾਰਾ, ਦੁਨੀਆ ਸੁੱਤੀ ਹੋਈ, ਆਕਾਸ਼ ਤੇ ਚੰਦਰਮਾ ਵੀ ਹੈ, ਸਿਤਾਰੇ ਵੀ ਹਨ, ਠੰਡੀ ਠੰਡੀ ਹਵਾ ਵਗ ਰਹੀ ਹੈ। ਇਸ ਸਮੇਂ ਸ਼ਿਵ ਦੱਤ ਚੌਂਕੜਾ ਮਾਰ ਕੇ ਬੈਠਾ ਹੈ। ਇਹਦੇ ਕੰਨਾਂ 'ਚ ਇੱਕ ਜੀਵਨ ਦੇਣ ਵਾਲੀ ਆਵਾਜ਼ ਪਈ, ਬਾਬਾ ਜੀ ਝਾਤ। ਝਾਤ ਦਾ ਮਤਲਬ ਹੈ ਦੇਖੋ। ਆਵਾਜ਼ ਪਈ ਬਾਬਾ ਜੀ ਝਾਤ। ਇਹ ਆਵਾਜ਼ ਸ਼ਿਵ ਦੱਤ ਦੇ ਕੰਨਾਂ 'ਚ ਕੀ ਪਈ, ਉਹਦੇ ਦਿਲ ਵਿੱਚ ਉਤਰ ਗਈ, ਉਹਦਾ ਰੋਮ ਰੋਮ ਜਿਵੇਂ ਕਿਸੇ ਰਸ 'ਚ ਭਰ ਗਿਆ। ਤੇ ਸ਼ਿਵ ਦੱਤ ਅੱਖਾਂ ਖੋਲ ਕੇ ਕੀ ਦੇਖਦਾ ਹੈ, ਸਾਹਮਣੇ ਗੋਬਿੰਦ ਰਾਏ ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਲੋਤੇ ਹਨ। ਤੇ ਗੋਬਿੰਦ ਰਾਏ ਹੈ ਕਿ ਨਿਰਾ ਨੂਰ ਹੀ ਨੂਰ ਹੈ। ਪੰਡਿਤ ਸ਼ਿਵ ਦੱਤ ਉੱਠੇ ਗੋਬਿੰਦ ਰਾਏ ਦੇ ਕਲਗੀਆਂ ਵਾਲੇ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਸਿਰ ਮੱਥਾ ਗੁਰੂ ਦੇ ਚਰਨਾਂ ਨਾਲ ਛੋਇਆ, ਸਰੀਰ ਵਿੱਚ ਇੱਕ ਝਰਨਾਟ ਜੀ ਛਿੜ ਗਈ, ਰੋਮ ਰੋਮ ਇੱਕ ਰਸ ਨਾਲ ਭਰ ਗਿਆ। ਗੋਬਿੰਦ ਰਾਏ ਕਲਗੀਆਂ ਵਾਲੇ ਨੇ ਸਿਰ ਤੇ ਹੱਥ ਰੱਖਿਆ। ਸ਼ਿਵ ਦੱਤ ਨੇ ਚਰਨਾਂ ਤੋਂ ਸਿਰ ਚੁੱਕਿਆ, ਅੱਖਾਂ ਦੇ ਅੰਸੂ ਨਹੀਂ ਰੁਕਦੇ। ਇੱਕ ਰਸ ਇੱਕ ਪਿਆਰ ਵਿੱਚ ਮਨ ਰੰਗਿਆ ਗਿਆ। ਹੁਣ ਰੋਜ਼ ਹੀ ਸ਼ਿਵ ਦੱਤ ਗੰਗਾ ਘਾਟ ਆ ਕੇ ਬੈਠਦੇ ਨੇ, ਅੱਖਾਂ ਬੰਦ ਕਰਦੇ ਨੇ। ਉਦੋਂ ਤੱਕ ਅੱਖਾਂ ਨਹੀਂ ਖੁੱਲਦੇ ਜਦ ਤੱਕ ਗੋਬਿੰਦ ਰਾਏ ਕਲਗੀਆਂ ਵਾਲੇ ਆ ਕੇ ਨਹੀਂ ਕਹਿੰਦੇ ਬਾਬਾ ਜੀ ਝਾਤ, ਬਾਬਾ ਜੀ ਦੇਖੋ। ਆਖੋ ਸਾਧਨਾ, ਆਓ ਇੱਕ ਵਾਰ ਸਾਰੇ ਕਰੋ ਰਸਨਾ ਪਿਤਰ। ਤੁਮ ਹੋ ਸਭ ਰਾਜਨ ਕੇ ਰਾਜਾ, ਸਭ ਰਾਜਨ ਕੇ ਰਾਜਾ, ਆਪੇ ਆਪ ਕਰੀ ਬਨਵਾਜਾ, ਕਰੀ ਬਨਵਾਜਾ। ਤੁਮ ਹੋ ਸਭ ਰਾਜਨ ਕੇ ਰਾਜਾ। ਅੱਜ ਸਵੇਰੇ ਪਟਨੇ ਸ਼ਹਿਰ ਦਾ ਰਾਜਾ ਫਤਿਹ ਚੰਦ ਮੈਣੀ
ਇਹਨਾਂ ਦੀ ਰਾਣੀ ਵਸੁੰਭਰਾ ਦੇਵੀ ਆਏ, ਪੰਡਿਤ ਸ਼ਿਵ ਦੱਤ ਦੇ ਕੋਲ ਬੈਠੇ ਨੇ। ਰਾਜਾ ਫਤਿਹ ਚੰਦ ਮੈਣੀ ਕਹਿ ਰਹੇ ਨੇ, ਪੰਡਿਤ ਜੀ ਤੁਸੀਂ ਤੇ ਭਗਵਾਨ ਦੇ ਪਿਆਰੇ ਹੋ, ਸਾਡੀ ਵੀ ਅਰਦਾਸ ਕਰੋ ਨਾ। ਜੇ ਉਹਨੇ ਕੋਈ ਧੀ ਪੁੱਤਰ ਨਹੀਂ ਦੇਣਾ, ਆਪਣੇ ਦਰਸ਼ਨ ਹੀ ਦੇ ਦੇਵੇ। ਤੇ ਸ਼ਿਵ ਦਾਦੀਆਂ ਇੱਕਦਮ ਅੱਖਾਂ ਚ ਆਂਸੂ ਆ ਗਏ, ਚਿਹਰਾ ਲਾਲ ਸੁਰਖ ਹੋ ਗਿਆ। ਤੇ ਸ਼ਿਵ ਦੱਤ ਕਹਿਣ ਲੱਗੇ, ਰਾਜਨ ਪਟਨੇ ਸ਼ਹਿਰ ਦੇ ਭਾਗ ਜਾਗੇ ਤੇ ਤੁਸੀਂ ਕਹਿੰਦੇ ਹੋ ਦਰਸ਼ਨ ਨਹੀਂ ਹੋਏ, ਉਹ ਦਰਸ਼ਨ ਦੇਵੇ। ਆਖੋ ਸਤਨਾਮ। ਪਟਨੇ ਸ਼ਹਿਰ ਦਾ ਜ਼ਰਰਾ ਜ਼ਰਰਾ ਉਹਦੇ ਰੰਗ ਵਿੱਚ ਰੰਗਿਆ ਹੋਇਆ ਹੈ। ਰਾਣੀ ਵਸੁੰਭਰਾ ਦੇਵੀ ਕਹਿਣ ਲੱਗੇ, ਪੰਡਿਤ ਜੀ ਕਿਹਦੀ ਗੱਲ ਕਰਦੇ ਹੋ? ਤੇ ਸ਼ਿਵ ਦੱਤ ਕਹਿਣ ਲੱਗੇ, ਬੜੇ ਪਿਆਰ ਵਿੱਚ ਆ ਕੇ ਪਟਨੇ ਸ਼ਹਿਰ ਦੇ ਭਾਗ ਜਾ ਕੇ ਇੱਥੇ ਗੋਬਿੰਦ ਰਾਏ ਪ੍ਰਗਟ ਹੋਇਆ। ਆਖੋ ਸਤਨਾਮ। ਤੁਸੀਂ ਕਹਿੰਦੇ ਹੋ ਦਰਸ਼ਨ ਨਹੀਂ ਹੋਏ। ਤੇ ਰਾਣੀ ਕਹਿਣ ਲੱਗੀ, ਪੰਡਿਤ ਜੀ ਉਸ ਗੋਬਿੰਦ ਰਾਏ ਦੀ ਗੱਲ ਕਰਦੇ ਹੋ, ਸੁਣਿਆ ਜਿਸ ਵੇਲੇ ਗਲੀਆਂ ਚੋਂ ਲੰਘਦੇ ਹਨ ਤੇ ਲੋਕੀ ਹੱਥ ਜੋੜ ਕੇ ਖਲੋ ਜਾਂਦੇ ਨੇ। ਇਹ ਵੀ ਸੁਣਿਆ ਸੇਠ ਰਲਾ ਰਾਮ ਨੂੰ ਜਾਂਦੇ ਜਾਂਦੇ ਬਾਜ਼ਾਰ ਚ ਕਹਿ ਗਏ, ਤੇਰੇ ਘਰ ਪੁੱਤਰ ਹੋਵੇਗਾ, ਉਹਦੇ ਘਰ ਪੁੱਤਰ ਹੋਇਆ। ਸ਼ਿਵ ਦੱਤ ਹੈਰਾਨ ਹੋ ਕੇ ਕਹਿਣ ਲੱਗੇ, ਵਸੁੰਭਰਾ ਦੇਵੀ ਨੂੰ ਰਾਣੀ ਇੰਨਾ ਕੁਝ ਪਤਾ, ਫਿਰ ਵੀ ਕਹਿੰਦੇ ਉਹ ਦਰਸ਼ਨ ਨਹੀਂ ਹੋਏ। ਫਤਿਹ ਚੰਦ ਮੈਣੀ ਮੱਥੇ ਤੇ ਹੱਥ ਲਾ ਕੇ ਕਹਿਣ ਲੱਗੇ, ਪੰਡਿਤ ਜੀ ਇਹਨੂੰ ਹੀ ਤੇ ਭਾਗ ਕਹਿੰਦੇ ਨੇ। ਆਖੋ ਸਤਨਾਮ। ਬਿਨ ਭਾਗਾ ਦਰਸ਼ਨ ਨਾ ਥੀਏ। ਸਾਡੀ ਵੀ ਬੇਨਤੀ ਕਰੋ, ਉਹ ਗੋਬਿੰਦ ਰਾਏ ਸਾਨੂੰ ਵੀ ਮਿਲੇ। ਤੇ ਸ਼ਿਵ ਦੱਤ ਇੱਕ ਵਾਰੀ ਅੱਖਾਂ ਬੰਦ ਕੀਤੀਆਂ, ਫਿਰ ਖੋਲੀਆਂ, ਅੱਖਾਂ ਵਿੱਚੋਂ ਦੋ ਆਂਸੂ ਨਿਕਲੇ। ਕਹਿਣ ਲੱਗੇ, ਰਾਜਨ ਮੈਂ ਲੱਭਣ ਨਹੀਂ ਗਿਆ, ਮੈਂ ਮਿਲਣ ਨਹੀਂ ਗਿਆ, ਇੱਥੇ ਬੈਠਾ ਉਡੀਕਦਾ ਸਾਂ, ਆਪ ਹੀ ਆ ਗਿਆ। ਆਖੋ ਸਤਨਾਮ। ਤੇ ਨਾਲੇ ਕਿਹਾ, ਤੁਸੀਂ ਵੱਡੇ ਲੋਕ ਹੋ, ਆਪਣੇ ਮਹਿਲ ਚ ਜਾਓ, ਸੂਰਜ ਚੜ੍ਹਨ ਵਾਲਾ ਹੈ, ਸ਼ਹਿਰ ਦੇ ਲੋਕਾਂ ਨੇ ਗੰਗਾ ਘਾਟ ਇਸ਼ਨਾਨ ਕਰਨ ਵਾਸਤੇ ਆਉਣਾ। ਤੇ ਰਾਣੀ ਵਸੁੰਭਰਾ ਦੇਵੀ ਨੂੰ ਕਿਹਾ, ਰਾਣੀ ਉਹ ਗੋਬਿੰਦ ਰਾਏ ਭਾਵ ਗੁਰੂ ਗੋਬਿੰਦ ਸਿੰਘ ਆਪ ਹੀ ਆਵੇਗਾ। ਆਖੋ ਸਤਨਾਮ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਰਾਜਾ ਤੇ ਰਾਣੀ ਜਾ ਰਹੇ ਨੇ ਤੇ ਪੰਡਿਤ ਸ਼ਿਵ ਦੱਤ ਕਹਿਣ ਲੱਗੇ, ਪੂੜੀਆਂ ਛੋਲੇ ਬੜੇ ਪਿਆਰ ਨਾਲ ਛਕਦੇ ਨੇ ਗੋਬਿੰਦ ਰਾਏ। ਆਖੋ ਸਤਨਾਮ। ਰਾਜਾ ਤੇ ਰਾਣੀ ਮਹਿਲ ਚ ਆ ਗਏ, ਦੁੱਧ ਵਿੱਚ ਆਟਾ ਗੁੰਨ ਕੇ ਰਾਣੀ ਵਸੁੰਭਰਾ ਦੇਵੀ ਨੇ ਪੂੜੀਆਂ ਬਣਾਈਆਂ, ਚਣੇ ਬਣਾ ਕੇ ਰੱਖ ਦਿੱਤੇ। ਰਾਜਾ ਤੇ ਆਪਣੇ ਰਾਜ ਕਾਜ ਦੇ ਕੰਮਾਂ ਚ ਲੱਗ ਗਿਆ, ਪਰ ਰਾਣੀ ਵਸੁੰਭਰਾ ਦੇਵੀ ਰੋਬ ਦਾ ਵਾਲਾ ਚਿਹਰਾ, ਰਾਜ ਘਰਾਨਾ ਤੇ ਹੈ ਹੀ, ਚੌਂਕੜਾ ਮਾਰ ਕੇ ਬੈਠੀ ਹੈ, ਅੱਖਾਂ ਬੰਦ ਨੇ, ਹੱਥ ਜੁੜੇ ਹੋਏ। ਤੇ ਰਾਣੀ ਵਸੁੰਭਰਾ ਦੇਵੀ ਕਹਿੰਦੀ ਹੈ, ਹੇ ਪੰਡਿਤ ਸ਼ਿਵ ਦੱਤ ਦੇ ਬਾਲਾ ਪ੍ਰੀਤਮ,
ਕਿ ਮੈਨੂੰ ਵੀ ਆਵਾਜ਼ ਮਾਰ ਕੇ ਮਿਲੋਗੇ, ਆਖੋ ਸਤਨਾਮ। ਅਰਦਾਸ ਵਾਸਤੇ ਬਹੁਤੇ ਲੰਮੇ ਲਫਜ਼ਾਂ ਦੀ ਲੋੜ ਨਹੀਂ ਹੁੰਦੀ, ਭਾਵੇਂ ਦੋ ਹੀ ਬੋਲ ਹੋਣ ਪਰ ਪਿਆਰ ਵਾਲੇ ਹੋਣ। ਇਹ ਰਾਣੀ ਦੀ ਅਰਦਾਸ ਹੈ, ਇਹ ਪੰਡਿਤ ਸ਼ਿਵ ਦੱਤ ਦੇ ਬਾਲਾ ਪ੍ਰੀਤਮ, ਕਿ ਮੈਨੂੰ ਵੀ ਆਵਾਜ਼ ਮਾਰ ਕੇ ਮਿਲੋਗੇ, ਦਿਲੋਂ ਅਰਦਾਸ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੀ ਉਮਰ ਛੋਟੇ ਛੋਟੇ 12-13 ਸਾਥੀਆਂ ਨਾਲ ਖੇਡਦੇ ਖੇਡਦੇ ਰਾਣੀ ਦੇ ਮਹਿਲ ਵਿੱਚ ਆ ਗਏ। ਰਾਣੀ ਨੂੰ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠਾ ਦੇਖਿਆ, ਸਾਥੀਆਂ ਨੂੰ ਇਸ਼ਾਰਾ ਕੀਤਾ, ਇੱਕ ਪਾਸੇ ਖਲੋ ਗਏ ਨੇ। ਤੇ ਕਲਗੀਆਂ ਵਾਲੇ ਨੇ ਆਪਣੇ ਚਰਨਾਂ ਵਿੱਚੋਂ ਜੋੜਾ ਉਤਾਰਿਆ, ਗੋਬਿੰਦ ਰਾਏ ਦੇ ਰੂਪ ਵਿੱਚ ਨੇ। ਹੌਲੀ ਹੌਲੀ ਚੱਲਦੇ ਰਾਣੀ ਦੇ ਕੋਲ ਜਾ ਕੇ ਖਲੋ ਗਏ। ਰਾਣੀ ਦਾ ਚਿਹਰਾ ਦੇਖਿਆ, ਸ਼ਾਂਤ ਹੈ, ਅੱਖਾਂ ਬੰਦ ਨੇ, ਹੱਥ ਜੁੜੇ ਹੋਏ, ਹਾਲੀ ਵੀ ਇਹੋ ਹੀ ਕਹਿ ਰਹੀ ਹੈ, ਹੇ ਪੰਡਿਤ ਸ਼ਿਵ ਦੱਤ ਦੇ ਬਾਲਾ ਪ੍ਰੀਤਮ, ਮੈਨੂੰ ਵੀ ਆਵਾਜ਼ ਮਾਰ ਕੇ ਮਿਲੋਗੇ। ਕਲਗੀਆਂ ਵਾਲੇ ਦੇ ਕਈ ਰੂਪ ਦੇਖੇ ਨੇ, ਆਓ ਇੱਕ ਅੱਜ ਨਵਾਂ ਰੂਪ ਦੇਖੀਏ। ਗੋਬਿੰਦ ਰਾਏ ਆਪਣੀਆਂ ਛੋਟੀਆਂ ਛੋਟੀਆਂ ਬਾਹਾਂ ਰਾਣੀ ਵਿਸੁਮਰਾ ਦੇਵੀ ਦੇ ਗਲ ਚ ਪਾਈਆਂ। ਇੱਕ ਵਾਰ ਜਿਤਨੇ ਮਾਈ ਪਾਈ ਸਜੇ ਹੋ ਨਾ, ਪਿਆਰ ਨਾਲ ਆਖੋ ਸਤਨਾਮ ਸ੍ਰੀ, ਫਿਰ ਆਖੋ ਸਤਨਾਮ, ਫਿਰ ਆਖੋ ਸਤਨਾਮ, ਫਿਰ ਆਖੋ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਬਿਰਤੀ ਲੈ ਜਾਓ ਪਟਨਾ ਸਾਹਿਬ, ਕਲਗੀਆਂ ਵਾਲੇ ਅੱਜ ਸਾਡੀ ਵੀ ਝੋਲੀ ਭਰ ਦੇਵੀ, ਆਖੋ ਸਤਨਾਮ, ਸਾਡੀਆਂ ਮਨ ਦੀਆਂ ਸ਼ਾਮਾਂ ਵੀ ਪੂਰੀਆਂ ਹੋਣ, ਸਾਡੀਆਂ ਮੁਸ਼ਕਲਾਂ ਵੀ ਆਸਾਨ ਹੋ ਜਾਣ, ਐਸੀਆਂ ਰਹਿਮਤਾਂ ਕਰਦੇ। ਗੋਬਿੰਦ ਰਾਏ ਨੇ ਛੋਟੀਆਂ ਛੋਟੀਆਂ ਬਾਹਾਂ ਰਾਣੀ ਵਿਸੁਮਰਾ ਦੇਵੀ ਦੇ ਗਲ ਚ ਪਾਈਆਂ ਤੇ ਕੰਨ ਦੇ ਕੋਲ ਮੂੰਹ ਕਰਕੇ ਕਿਹਾ, ਮਾਂ ਮੈਂ ਆ ਗਿਆ। ਜਿਸ ਵੇਲੇ ਕਿਹਾ ਮਾਂ ਮੈਂ ਆ ਗਿਆ, ਇਹ ਮਾਂ ਲਫ਼ਜ਼ ਰਾਣੀ ਦੇ ਦਿਲ ਵਿੱਚ ਉਤਰ ਗਿਆ। ਤਰਸਦੀ ਸਹੀ, ਕਈ ਸਾਲਾਂ ਤੋਂ ਘਰ ਔਲਾਦ ਹੋਵੇ, ਕੋਈ ਮੈਨੂੰ ਵੀ ਮਾਂ ਕਹਿ ਕੇ ਬੁਲਾਵੇ। ਤੇ ਗੋਬਿੰਦ ਰਾਏ ਨੇ ਮਾਂ ਵੀ ਕਿਹਾ, ਮਾਂ ਮੈਂ ਆ ਗਿਆ। ਫਿਰ ਰਾਣੀ ਵਿਸੁਮਰਾ ਦੇਵੀ ਦੀ ਗੋਦ ਚ ਬੈਠ ਗਏ ਤੇ ਰਾਣੀ ਦੀ ਅੱਖਾਂ ਵਿੱਚ ਇਉਂ ਆਂਸੂ ਨਿਕਲੇ ਜਿਵੇਂ ਬਰਸਾਤ ਪੈਂਦੀ ਹੈ, ਖੁਸ਼ੀ ਦੀ ਹੱਦ ਨਾ ਰਹੀ। ਜਿਹਦੇ ਕੋਲ ਪੁੱਤਰ ਦੀ ਦਾਤ ਮੰਗਣੀ ਸੀ, ਉਸ ਦਾਤੇ ਨੂੰ ਪੁੱਤਰ ਬਣ ਕੇ ਗੋਦ ਵਿੱਚ ਬੈਠਾ ਦੇਖਿਆ, ਖੁਸ਼ੀ ਦੀ ਹੱਦ ਨਾ ਰਹੀ। ਪਤਾ ਨਹੀਂ ਸਾ ਸੰਗਤ, ਇਸ ਰਾਣੀ ਵਿਸੁਮਰਾ ਦੇਵੀ ਦੇ ਕਿਤਨੇ ਕੁ ਜਨਮਾਂ ਦੇ ਤਪ ਹੋਣਗੇ, ਕਿਤਨੇ ਕੁ ਪੁੰਨ ਹੋਣਗੇ ਕਿ ਗੋਬਿੰਦ ਰਾਏ ਗੋਦ ਵਿੱਚ ਬੈਠਾ ਹੋਇਆ ਹੈ। ਆਓ ਕਰੋ ਰਸਨਾ ਪਵਿੱਤਰ ਨਾਲੇ ਜੋ ਇੱਛਾ ਹੈ, ਇਹ ਸਮਾਂ ਹੀ ਹੁੰਦਾ ਮੰਗਣ ਦਾ। ਕਹੀਏ ਦਾਤਾ ਇਹ ਪਿਆਰ ਸਾਨੂੰ ਵੀ ਦੇ, ਸਾਡਾ ਕੋਈ ਬਾਗ ਪਰਿਵਾਰ ਤੇਰੇ ਚਰਨਾਂ ਨਾਲ ਜੁੜਿਆ ਰਵੇ ਤੇ ਘਰ ਪਰਿਵਾਰ ਖੁਸ਼ੀਆਂ ਨਾਲ ਭਰਿਆ ਰਹੇ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ
ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਗਰੀਬ ਨਿਵਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਹੁਣ ਰਾਣੀ ਵਸੁੰਧਰਾ ਦੇਵੀ ਦੀ ਗੋਦ ਚ ਬੈਠੇ ਗੋਬਿੰਦ ਰਾਏ ਕੁਝ ਚਿਰ ਇਸੇ ਆਨੰਦ ਚ ਰਹੇ ਹੁਣ ਰਾਣੀ ਵਸੁੰਧਰਾ ਦੇਵੀ ਆਪਣੇ ਮਨ ਚ ਕਹਿੰਦੀ ਮਨਾ ਉੱਠ ਗੋਬਿੰਦ ਰਾਏ ਆਇਆ ਹੈ ਇਹ ਭਾਰੀ ਅਵਤਾਰ ਪ੍ਰਗਟ ਹੋਇਆ ਪਟਨੇ ਸ਼ਹਿਰ ਚਰਨਾਂ ਤੇ ਮੱਥਾ ਟੇਕ ਰਾਣੀ ਮੱਥਾ ਟੇਕਣ ਲੱਗੀ ਪਰ ਕਲਗੀਆਂ ਵਾਲੇ ਨੇ ਮੱਥਾ ਨਹੀਂ ਟੇਕਣ ਦਿੱਤਾ ਆਖੋ ਸਾਥਾਂ ਨਾਲ ਕਹਿਣ ਲੱਗੇ ਨਾ ਰਾਣੀ ਮਾਂ ਤੂੰ ਮੇਰੀ ਧਰਮ ਦੀ ਮਾਂ ਹੈ ਤੇ ਮਾਵਾਂ ਪੁੱਤਰਾਂ ਨੂੰ ਮੱਥਾ ਨਹੀਂ ਟੇਕਦੀਆਂ ਪੁੱਤਰ ਟੇਕਦੇ ਆ ਆਖੋ ਸਤਨਾ ਇਹ ਪਿਆਰ ਦਿੱਤਾ ਹੁਣ ਪੁੱਤਰ ਬਣ ਕੇ ਬੈਠੇ ਨੇ ਨਾ ਤੇ ਪੁੱਤਰ ਦਾ ਸੁਭਾਅ ਹੀ ਦੱਸਣਾ ਕਹਿਣ ਲੱਗੇ ਮਾਂ ਭੁੱਖ ਲੱਗੀ ਹੈ ਆਖੋ ਸਤਨਾ ਕੈਸਾ ਹੈ ਕਲਗੀਆਂ ਵਾਲਾ ਅਸੀਂ ਉਹਦੇ ਤੋਂ ਦੂਰ ਹੋ ਜਾਂਦੇ ਹਾਂ ਉਹਦੇ ਕੋਲ ਆਉਣਾ ਜਿਹੜੇ ਨਿਤਨੇਮ ਕਰਦੇ ਹੋ ਮੁਬਾਰਕ ਹੈ ਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ ਉਹ ਪ੍ਰੇਮ ਮਨ ਨਾਲ ਕਦੀ ਨਾ ਕਰਨਾ ਦਿਲੋਂ ਜਪਣਾ ਜਿਹੜੇ ਕੁਝ ਨਹੀਂ ਕਰਦੇ ਅੱਜ ਘੱਟੋ ਘੱਟ ਇੱਕ ਫੈਸਲਾ ਕਰਕੇ ਜਾਓ ਕਦੀ ਨਿਤਨੇਮ ਨਹੀਂ ਕੀਤਾ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਤਾਂ ਆਪਾਂ ਰੋਜ਼ ਸ਼ੁਰੂ ਕਰੀਏ ਹੌਲੀ ਹੌਲੀ ਆਨੰਦ ਆਏਗਾ ਨਾ ਨਿਤਨੇਮ ਵੀ ਵੱਧਦਾ ਜਾਏਗਾ ਆਖੋ ਸਤਨਾਮ ਹੁਣ ਸਤਿਗੁਰੂ ਜੀ ਕਹਿੰਦੇ ਮਾਂ ਭੁੱਖ ਲੱਗੀ ਹੈ ਰਾਣੀ ਸੀ ਆਵਾਜ਼ ਮਾਰੀ ਦਾਸ ਦਾਸੀਆਂ ਨੂੰ ਲਿਆਓ 36 ਪ੍ਰਕਾਰ ਦੇ ਭੋਜਨ ਪਰ ਕਲਗੀਆਂ ਵਾਲੇ ਗੋਬਿੰਦ ਰਾਏ ਦੇ ਰੂਪ ਵਿੱਚ ਕਹਿਣ ਲੱਗੇ ਨਹੀਂ ਮਾਂ 36 ਪ੍ਰਕਾਰ ਦੇ ਭੋਜਨ ਨੇ ਭਾਈ ਵੀਰ ਸਿੰਘ ਜੀ ਲਿਖਦੇ ਆ ਸਤਿਗੁਰ ਕਹਿਣ ਲੱਗੇ ਉਹੀ ਪੂੜੀਆਂ ਛੋਲੇ ਖਾਸਾਂ ਜੋ ਬਣਾ ਕੇ ਰੱਖੀਆਂ ਨੇ ਆਖੋ ਸਤਨਾਮ ਰਾਣੀ ਨੇ ਹਾਲ ਹੋ ਗਈ ਗੋਬਿੰਦ ਰਾਏ ਨੇ ਉਹੀ ਮੰਗਿਆ ਜੋ ਬਣਾ ਕੇ ਰੱਖਿਆ ਆਖੋ ਸਤਨਾਮ ਉੱਠੀ ਛੋਲੇ ਪੂੜੀਆਂ ਲੈ ਕੇ ਆਈ ਪਰ ਕਲਗੀਆਂ ਵਾਲਾ ਦਾਤਾ ਹੈ ਨਾ ਜਿਹੜੇ 12-13 ਛੋਟੇ ਛੋਟੇ ਸਾਥੀ ਸਨ ਉਹਨਾਂ ਦੀ ਪੰਗਤ ਲਾ ਦਿੱਤੀ ਪਹਿਲਾਂ ਉਹਨਾਂ ਨੂੰ ਵਰਤਾਇਆ ਉਹ ਪ੍ਰੇਮ ਦਾ ਭੋਰਾ ਪੰਡਿਤ ਸ਼ਿਵਦੱਤ ਉਹਨੂੰ ਪਤਾ ਲੱਗਾ ਸਤਿਗੁਰੂ ਰਾਣੀ ਦੇ ਮਹਿਲਾਂ ਵਿੱਚ ਆਏ ਨੇ ਦੌੜੇ ਦੌੜੇ ਆਏ ਉਮਰ 'ਚ ਵੱਡੇ ਨੇ ਪਰ ਪੰਗਤ 'ਚ ਹੀ ਬੈਠੇ ਅਤੇ ਹੱਥ ਕਰਕੇ ਕਹਿਣ ਲੱਗੇ ਬਾਲਾ ਪ੍ਰੀਤਮ ਮੈਨੂੰ ਵੀ ਭੁੱਖ ਲੱਗੀ ਹੈ ਆਖੋ ਸਤਨਾਮ ਮੈਨੂੰ ਵੀ ਪ੍ਰਸ਼ਾਦ ਦਿਓ ਕੈਸਾ ਪਿਆਰ ਹੈ ਇਹ ਕੈਸੀ ਦੁਨੀਆ ਹੈ ਗੁਰੂ ਨਾਲ ਪਿਆਰ ਕਰਨ ਵਾਲਿਆਂ ਦੀ ਤੁਸੀਂ ਵੀ ਉਹਦੇ 'ਚ ਸ਼ਾਮਲ ਹੋ ਅਗਰ ਪਿਆਰ ਨਾ ਹੁੰਦਾ ਕਿਉਂ ਹਜ਼ਾਰਾਂ ਦੀ ਗਿਣਤੀ ਵਿੱਚ ਦੂਰੋਂ ਨੇੜਿਓਂ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਗੁਰਦੁਆਰਾ ਰਕਾਬਗੰਜ ਸਭਾ ਆ ਕੇ ਨਾ ਬੈਠਦੇ
ਪਿਆਰ ਹੈ ਤਾਂ ਹੀ ਬੈਠੇ ਹੋ ਆਖੋ ਸਾਥਣਾ, ਪਰ ਇਸ ਵੇਲੇ ਤੁਹਾਡਾ ਵੀ ਪਿਆਰ ਘੱਟ ਕੋਈ ਨਹੀਂ। ਜਿਹੜੇ ਘਰਾਂ ਚ ਬੈਠੇ ਪਿਆਰ ਨਾਲ ਸੁਣਦੇ ਹੋ ਨਾ, ਜੁੜੇ ਤੁਸੀਂ ਵੀ ਹੋਏ ਹੋ ਆਖੋ ਸਾਥਣਾ। ਸਾਰਿਆਂ ਨੂੰ ਸ਼ਿਕਾਇਆ, ਹੁਣ ਪੁੱਤਰ ਬਣ ਕੇ ਦੱਸਣਾ ਹੈ ਨਾ। ਤੇ ਗੋਬਿੰਦ ਰਾਏ ਰਾਣੀ ਵਸੁੰਧਰਾ ਦੇਵੀ ਦੀ ਗੋਦ ਚ ਬੈਠ ਗਏ ਤੇ ਕਹਿਣ ਲੱਗੇ, ਰਾਣੀ ਮਾਂ ਹੁਣ ਮੈਨੂੰ ਵੀ ਖਵਾ ਆਖੋ ਸਾਥਣਾ। ਕਲਗੀਆਂ ਵਾਲੇ ਦੇ ਜਿਤਨੇ ਰੂਪ ਨੇ ਨਾ, ਹਰ ਰੂਪ ਚ ਪੂਰੇ, ਕਿਧਰੇ ਸਰਬੰਸ ਦਾਨੀ ਹਨ, ਕਿਧਰੇ ਗੁਰੂ ਹਨ, ਕਿਧਰੇ ਲਿਖਾਰੀ ਹਨ, ਕਿਧਰੇ ਸ਼ਮਸ਼ੀਰ ਪਕੜਦੇ ਨੇ ਤੇ ਜਰਨੈਲ ਹਨ, ਠੰਡਾ ਪਕੜਦੇ ਨੇ ਤੇ ਖਾਲਸਾ ਸਾਜਦੇ ਹਨ, ਦਾਤਾਂ ਦਿੰਦੇ ਨੇ ਤੇ ਝੋਲੀਆਂ ਭਰਦੇ ਆਖੋ ਸਾਥਣਾ। ਹਰ ਰੂਪ ਚ ਪੂਰੇ ਰਾਣੀ ਦੀ ਗੋਦ ਚ ਬੈਠੇ। ਉਹਨੇ ਰਾਣੀ ਦੇ ਭਾਗ ਦੇਖੋ, ਜਿਹੜਾ ਦੁਨੀਆਂ ਨੂੰ ਦਾਤਾਂ ਦਿੰਦਾ ਹੈ ਨਾ, ਉਹਨੂੰ ਪੂੜੀਆਂ ਛੋਲੇ ਖਵਾਰੀਏ ਆਖੋ ਸਾਥਣਾ। ਆਓ ਇੱਕ ਵਾਰ ਕਰੋ ਰਸਨਾ ਪਵਿੱਤਰ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪਣੇ ਆਪ ਗਰੀਬਨ ਵਾਜਾ, ਗਰੀਬਨ ਵਾਜਾ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ। ਰਾਣੀ ਕੋਲੋਂ ਪੂੜੀਆਂ ਛੋਲੇ ਖਾ ਲੈ, ਹੁਣ ਉੱਠੇ ਤੇ ਰਾਣੀ ਦਾ ਜਿਹੜਾ ਮਹਿਲ ਹੈ ਨਾ, ਉਹਦੇ ਵਿਹੜੇ ਵਿੱਚ ਚਲੇ ਗਏ। ਵਿਹੜਾ ਪੰਜਾਬ ਦੀ ਬੋਲੀ ਹੈ, ਆਂਗਣ। ਹੁਣ ਜਿਹੜੇ 12-13 ਸਾਥੀ ਸੀ ਉਹਨਾਂ ਦੇ ਨਾਲ ਖਿੱਦੋ ਖੁੰਡੀ ਖੇਡਣ ਲੱਗ ਪਏ। ਖਿੱਦੋ ਖੁੰਡੀ ਪੰਜਾਬ ਦੀ ਪੁਰਾਣੀ ਬੋਲੀ ਹੈ, ਅੱਜ ਕੱਲ੍ਹ ਜਿਵੇਂ ਆਪਾਂ ਹਾਕੀ ਕਹਿੰਦੇ ਹਾਂ, ਪਹਿਲਾਂ ਕੱਪੜੇ ਦੀ ਬੋਲ ਬਣਾ ਕੇ ਨਾ ਅਤੇ ਹਾਕੀ ਦੀ ਤਰ੍ਹਾਂ ਹੀ ਸੂਟੀਆਂ ਹੁੰਦੀਆਂ ਸਨ। ਰਾਣੀ ਦੇ ਵਿਹੜੇ ਵਿੱਚ ਖਿੱਦੋ ਖੁੰਡੀ ਖੇਡਦੇ ਰਹੇ ਅਤੇ ਜਿਸ ਵੇਲੇ ਸੂਰਜ ਡੁੱਬਿਆ ਨਾ, ਫਿਰ ਗੋਬਿੰਦ ਰਾਏ ਸਾਥੀਆਂ ਨਾਲ ਦੌੜਦੇ ਦੌੜਦੇ ਆਪਣੇ ਮਹਿਲਾਂ ਵਿੱਚ ਚਲੇ ਗਏ। ਅੱਗੇ ਉਡੀਕਦੀ ਹੈ ਧੰਨ ਮਾਤਾ ਗੁਜਰੀ ਆਖੋ ਸਾਥਣਾ। ਮਾਤਾ ਗੁਜਰੀ ਦਾ ਨਾਂ ਹੀ ਕਿਤਨਾ ਪਿਆਰਾ ਹੈ, ਮਨ ਵੈਰਾਗੀ ਹੋ ਜਾਂਦਾ ਹੈ, ਮਾਤਾ ਗੁਜਰੀ ਦਾ ਨਾਂ ਹੀ ਲੈਂਦੇ ਹਾਂ। ਤੁਹਾਡੀ ਇਹੋ ਹੀ ਦਿੱਲੀ ਹੈ, ਹਿੰਦੂ ਧਰਮ ਦੀ ਰੱਖਿਆ ਵਾਸਤੇ, ਸ੍ਰਿਸ਼ਟੀ ਦੇ ਭਲੇ ਵਾਸਤੇ, ਧਰਮ ਦੀ ਸੁਤੰਤਰਤਾ ਵਾਸਤੇ, ਇੱਥੇ ਹੀ ਆਪਣੇ ਪਤੀ ਨੂੰ ਤੋਰਿਆ ਮਾਤਾ ਗੁਜਰੀ ਨੇ ਆਖੋ ਸਾਥਣਾ। ਅਗਰ ਹਿੰਦੁਸਤਾਨ ਵਿੱਚ, ਹਿੰਦੁਸਤਾਨ ਤੋਂ ਬਾਹਰ ਲੱਖਾਂ ਮੰਦਰ ਨੇ, ਕਰੋੜਾਂ ਹਿੰਦੂ ਵੀਰ ਆਪਣੇ ਹਿੰਦੂ ਧਰਮ 'ਚ ਰਹਿ ਰਹੇ ਨੇ, ਖੁਸ਼ੀਆਂ ਮਾਣਦੇ ਨੇ, ਵੇਦਾਂ ਪੁਰਾਣਾਂ ਦੀਆਂ ਕਥਾ ਹੁੰਦੀਆਂ ਨੇ, ਟੱਲ ਖੜਕਦੇ ਆਰਤੀਆਂ ਉਤਰਦੀਆਂ ਨੇ, ਅਤੇ ਇਸੇ ਗੁਰੂ ਨਾਨਕ ਦੇ ਘਰ ਦੇ ਸਦਕਾ ਆਖੋ ਸਾਥਣਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸਦਕਾ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਲਿਖਿਆ, ਤਿਲਕ ਜੰਜੂ ਰਾਖਾ ਪ੍ਰਭ ਥਾਕਾ, ਕੈਸੀ ਹੈ ਮਾਤਾ ਗੁਜਰੀ ਪਤੀ ਨੂੰ ਤੋਰਿਆ, ਸਮਾਂ ਆਇਆ ਤੇ ਪੋਤਰੇ ਵੀ ਤੋਰ ਦਿੱਤੇ, ਧੰਨ ਹੈ ਮਾਂ ਗੁਜਰੀ। ਉਡੀਕਦੀ ਸੀ, ਸੂਰਜ ਡੁੱਬਿਆ,
ਤੇ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੌੜਦੇ ਦੌੜਦੇ ਮਹਿਲਾਂ ਚ ਆਏ ਤੇ ਸਿੱਧੇ ਮਾਤਾ ਗੁਜਰੀ ਦੀ ਗੋਦ ਚ ਜਾ ਕੇ ਬਹਿ ਗਏ ਆਖੋ ਸਾਧਨਾ ਤੇ ਦੋਨੋਂ ਬਾਹਾਂ ਛੋਟੀਆਂ ਛੋਟੀਆਂ ਜਨਮ ਦੇਣ ਵਾਲੀ ਮਾਂ ਮਾਤਾ ਗੁਜਰੀ ਦੇ ਗੱਲ ਚ ਪਾ ਲਈਆਂ ਤੇ ਮਾਤਾ ਗੁਜਰੀ ਜੀ ਲਾਲ ਜੀ ਕਹਿ ਕੇ ਬੁਲਾਇਆ ਕਰਦੇ ਸਨ ਕਹਿਣ ਲੱਗੇ ਲਾਲ ਜੀ ਅੱਜ ਬੜੀ ਦੇਰ ਕਰ ਦਿੱਤੀ ਦੁਪਹਿਰ ਦੇ ਗਏ ਹੁਣ ਆਏ ਕਿੱਥੇ ਗਏ ਸੀ ਤੇ ਗੋਬਿੰਦ ਰਾਏ ਮਾਤਾ ਗੁਜਰੀ ਨੂੰ ਕਹਿਣ ਲੱਗੇ ਮਾਂ ਇੱਕ ਧਰਮ ਦੀ ਮਾਂ ਬਣਾ ਕੇ ਆਇਆ ਆਖੋ ਸਾਧਨਾ ਤੇ ਮਾਤਾ ਗੁਜਰੀ ਜਾਣਦੇ ਨੇ ਗੁਰੂ ਨਾਨਕ ਦੇ ਘਰ ਦੀਆਂ ਖੇਡਾਂ ਨੂੰ ਪਰ ਫਿਰ ਵੀ ਹੱਸ ਕੇ ਕਹਿਣ ਲੱਗੇ ਲਾਲ ਜੀ ਮਾਵਾਂ ਦੋ ਤੇ ਪੁੱਤਰ ਇੱਕ ਦੋ ਗੋਦੀਆਂ ਚ ਕਿਵੇਂ ਖੇਡੋਗੇ ਉਹ ਵੀ ਗਲਗੀਆਂ ਵਾਲਾ ਹੈ ਨਾ ਮਾਤਾ ਗੁਜਰੀ ਦੀਆਂ ਅੱਖਾਂ ਚ ਅੱਖਾਂ ਪਾ ਕੇ ਮੁਸਕਰਾ ਕੇ ਕਹਿਣ ਲੱਗੇ ਮਾਂ ਜਿਵੇਂ ਦੋ ਅੱਖਾਂ ਚ ਜੋਤ ਇੱਕ ਹੁੰਦੀ ਹੈ ਨਾ ਦੋ ਮਾਵਾਂ ਦੀ ਗੋਦ ਵਿੱਚ ਪੁੱਤ ਵੀ ਕੋਈ ਖੇਡੇਗਾ ਨਾ ਤੈਨੂੰ ਫਰਕ ਨਾ ਉਹਨੂੰ ਫਰਕ ਆਖੋ ਸਾਧਨਾ ਕਹਿ ਕੇ ਛਾਲ ਮਾਰੀ ਦੌੜੇ ਕਿਉਂਕਿ ਬਚਪਨ ਦਾ ਰੂਪ ਹੈ ਗੋਬਿੰਦ ਰਾਏ ਦਾ ਕਲਗੀਆਂ ਵਾਲੇ ਦਾ ਤੇ ਜਿੱਥੇ ਆਪ ਵਰਗੀਆਂ ਸੰਗਤਾਂ ਉਡੀਕਦੀਆਂ ਸਨ ਕਿ ਕਦ ਗੋਬਿੰਦ ਰਾਏ ਆਣ ਤੇ ਕਦ ਸ਼ਾਮ ਦਾ ਦੀਵਾਨ ਸਜੇ ਉੱਥੇ ਜਾ ਪਹੁੰਚੇ ਆਖੋ ਸਾਧਨਾ ਸਤਿਸੰਗ ਜੀਓ ਹੁਕਮ ਹੋਇਆ ਸੀਗਾ 12:25 ਤੱਕ ਉਹਦਾ 12:15 ਤੱਕ ਸਮਾਂ ਸੀ ਹੁਕਮ ਮੁਤਾਬਕ ਆਓ ਸ਼ਬਦ ਦੀ ਪੰਕਤੀ ਪੜ੍ਹੀਏ ਜਿਤਨੇ ਮਾਈ ਭਾਈ ਬੈਠੇ ਆ ਜਿਹੜੇ ਚਾਹੁੰਦੇ ਨੇ ਘਰ 'ਚ ਧੀਆਂ ਪੁੱਤਰ ਹੋਣ ਉਹ ਵੀ ਮੰਗੋ ਦਾਤਿਆ ਰਾਣੀ ਦੀ ਗੋਦ 'ਚ ਪੁੱਤਰ ਬਣ ਕੇ ਬਹਿ ਗਿਆ ਕੈਸਾ ਹੈ ਤੂੰ ਸਾਡੇ ਵੀ ਧੀਆਂ ਪੁੱਤਰਾਂ ਦੇ ਘਰ ਧੀਆਂ ਪੁੱਤਰਾਂ ਦੀਆਂ ਦਾਤਾਂ ਦੇ ਧੀਆਂ ਪੁੱਤਰਾਂ ਦੇ ਸੰਜੋਗ ਖੁੱਲਣ ਸੁਖੀ ਵਸਣ ਰੁਕੇ ਹੋਏ ਕੰਮ ਪੂਰੇ ਹੋਣ ਮੁਸ਼ਕਲਾਂ ਆਸਾਨ ਹੋਣ ਇੱਕ ਮਿਹਰ ਦੀ ਨਜ਼ਰ ਸਾਡੇ ਵੱਲ ਵੀ ਕਰ ਆਪਣੇ ਪੰਡਿਤ ਸ਼ਿਵ ਦੱਤ ਦੇ ਸਦਕਾ ਰਾਣੀ ਵਸੁੰਧਰਾ ਦੇਵੀ ਤੇ ਰਾਜਾ ਫਤਿਹ ਸ਼ਾਹ ਮੈਣੀ ਦੇ ਸਦਕਾ ਕਿਉਂਕਿ ਤੇਰੀ ਮਿਹਰ ਦੀ ਨਜ਼ਰ 'ਚ ਹੀ ਸਾਰੀਆਂ ਖੁਸ਼ੀਆਂ ਨੇ ਸਾਰੇ ਜਪੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਕਰਦੇ ਇੱਕ ਮਿਹਰ ਦੀ ਨਜ਼ਰ ਸ਼ਬਦ ਦੀ ਪੰਕਤੀ ਪੜ੍ਹ ਕੇ ਤੇ ਜਿਹੜੇ 5-7 ਮਿੰਟ ਬਾਕੀ ਨੇ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ ਸ਼ੁੱਧ ਪੜ੍ਹ ਕੇ ਫਤਿਹ ਬੁਲਾਵਾਂਗੇ ਰਾਤ 9:30 ਤੋਂ 10:30 ਫਿਰ ਆਪ ਜੀ ਦੀ ਸੇਵਾ ਕਰਨੀ ਹੈ ਇੱਥੋਂ ਤੱਕ ਆਪਾਂ ਕਥਾ ਸੁਣ ਲਈ ਇਸ ਕਥਾ ਦਾ ਇੱਕ ਭਾਗ ਹੋਰ ਹੈ ਕਿ ਪਟਨਾ ਸਾਹਿਬ ਦੀ ਸੰਗਤ ਅਨੰਦਪੁਰ ਸਾਹਿਬ ਜਾ ਕੇ ਕਲਗੀਆਂ ਵਾਲੇ ਦਾ ਪ੍ਰਕਾਸ਼ ਦਿਹਾੜਾ ਕਿਵੇਂ ਮਨਾਉਂਦੀ ਹੈ ਇਹ ਆਪਾਂ ਰਾਤ ਨੂੰ ਵਿਚਾਰਾਂਗੇ ਆਓ ਜਿਤਨੇ ਮਾਈ ਭਾਈ ਸਜੇ ਹੋ ਕਈ ਵਾਰ ਬੀਬੀਆਂ ਭੈਣਾਂ ਪੜ੍ਹਿਆ ਕਰਦੀਆਂ ਨੇ ਨਾ ਨੀਲਾ ਘੋੜਾ ਬਾਂਕਾ ਜੋੜਾ ਹੱਥ ਵਿੱਚ ਬਾਜ ਸਜਾਏ ਨੇ ਚਲੋ ਸਿੰਘੋ ਚੱਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੇ ਬਨਵਾਜਾ ਗਰੇ ਬਨਵਾਜਾ ਆਪੇ ਆਪ ਗਰੇ ਬਨਵਾਜਾ ਗਰੇ ਬਨਵਾਜਾ ਤੁਮ ਹੋ
ਸਾਰਿਆਂ ਨੇ ਕਿਰਪਾ ਕਰਨੀ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਜਪੋ ਜੀ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਅਗਮ ਅਗੋਚ ਅਤ ਵੱਡਾ, ਗਮ ਅਗੋਚ ਅਤ ਵੱਡਾ, ਅਤੁਲ ਨ ਤੁਲਿਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ।
राम राम करता सब जग मेरे राम न पाया जाए कीमत कीने ना सब जग फिरे राम न पाया जाए राम न पाया जाए राम न पाया जाए जपो राम न पाया जाए राम सब जग फिरे राम न पाया जाए राम राम करता सब जग फिरे राम न पाया जाए ਪਰਮ ਸਤਿਕਾਰ ਗੁਰੂ ਸਾਹਿਬ ਜੀ ਹੁਕਮ ਹੋਇਆ ਇੱਕ ਸ਼ਬਦ
ਹੋਰ ਪੜ੍ਹਨ ਵਾਸਤੇ ਤਾਂ ਆਓ ਸ਼ਬਦ ਦੀ ਹਾਜ਼ਰੀ ਲਗਵਾਈਏ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦਾ ਇਹ ਪਾਵਨ ਅਸਥਾਨ ਅਤੇ ਕਲਗੀਆਂ ਵਾਲੇ ਪਿਤਾ ਦਾ ਪ੍ਰਕਾਸ਼ ਦਿਹਾੜਾ ਪਿਤਾ ਦੇ ਅਸਥਾਨ 'ਤੇ ਮਨਾ ਰਹੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਨਿਰਜੁਰ ਨਰੂਪ ਸੁੰਦਰ ਸਰੂਪ ਉਪਨਕ ਪੋਪ ਦਾਤਾ ਮਾਦਾਨ ਨਿਰਜੁਰ ਨਰੂਪ ਸੁੰਦਰ ਸਰੂਪ ਉਪਨਕ ਪੋਪ ਦਾਤਾ ਮਾਦਾਨ ਜਪੋ ਜੀ ਨਿਰਜੁਰ ਨਰੂਪ ਸੁੰਦਰ ਸਰੂਪ ਉਪਨਕ ਪੋਪ ਦਾਤਾ ਮਾਦਾਨ ਪ੍ਰਾਨ ਕੇ ਬਚਈਆ ਦੁਧ ਪੁੱਤ ਕੇ ਦਿਵਈਆ ਰੋਗ ਸੋਗ ਕੇ ਮਿਟਈਆ ਕਿਦੋ ਮਨਿ ਮਹਾਮਾਨ ਪ੍ਰਾਨ ਕੇ ਬਚਈਆ ਦੁਧ ਪੁੱਤ ਕੇ ਦਿਵਈਆ ਰੋਗ ਸੋਗ ਕੇ ਮਿਟਈਆ ਕਿਦੋ ਮਨਿ ਮਹਾਮਾਨ ਨਿਰਜੁਰ ਨਰੂਪ ਸੁੰਦਰ ਸਰੂਪ ਉਪਨਕ ਪੋਪ ਦਾਤਾ ਮਾਦਾਨ ਨਿਰਜੁਰ ਨਰੂਪ ਸੁੰਦਰ ਸਰੂਪ ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਉਪਨਕ ਪੋਪ ਹੋ ਕੇ ਦਾਤਾ ਮਾਦਾਨ ਹੋ ਜੀ ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਉਪ
सतरन के सोर होके मित्रन के प्राण हो चुपन के काल होके काल होके काल होके सतरन के सोर होके मित्रन के प्राण हो निर्जर सुंदर स्वरूप होके उपन के मोह होके तत्मा दान हो जपोजी निर्जोर नरूप होके सुंदर स्वरूप होके उपन के मोह होके तत्मा दान हो के बचैया दूध पुत के दिवैया रोग शोक के मिटैया किनो मन महामान हो निर्जोर नरूप होके सुंदर स्वरूप होके उपन के पूप होके दत्मा दान हो निर्जोरण रूप होके सुंदर स्वरूप होके उपन के पूप होके दत्मा दान हो। एक बार जितने माई पैसा जियो इस पंक्ति अनुसार ही पढ़िए फिर दास फतेह बुलाएंगे जितने माई भाई बैठे हो कलगियां वाले पिता कहते हैं अकाल पुरख निर्जर न रूप हो के सुंदर स्वरूप हो कोई रूप नहीं तेरा कोई रंग नहीं कोई अंग नहीं पर फिर भी सारिया तू सुंदर हो आखो साथना कुदरत करके वसे असोए सारिया च बैठा जो होया निर्जर न रूप हो के सुंदर स्वरूप हो के पूपन के पूप हो राजियां दे राजे हो पूपन के पूप हो के दाता महादान हो ते अगली पंक्ति है प्राण के बचैया दूध पूत के देवैया दाता देने वाले आओ फिर दो मिनट बाद जितनी भी संगत बैठी हाथ जोड़ो गुरु ग्रंथ साहब जी महाराज के चरणा च करी अरदास कलगियां वारे दे दर्शन कर दे सारे जपो निर्जोर नरूप होके सुंदर स्वरूप होके उपन के पूप होके दाता मा दान हो जपो जी निर्जोर नरूप होके सुंदर स्वरूप होके उपन के पूप होके दाता मा दान हो।
प्राण के बचैया दूध पूत के दिवैया रोग शोक के मितैया के दो मनि महामान हो निर्जर नरोप हो के सुंदर स्वरूप हो के उपन के भोप हो के दाता महादान हो निर्जर नरोप हो के सुंदर स्वरूप हो के उपन के भोप हो के दाता महादान हो इतनी सेवा इतनी सेवा प्रवान करनी शुक्र गुरु ग्रंथ साहिब जी महाराज सच्चे पातशाह दा धन गुरु तेग बहादुर महाराज गुरु हरकृष्ण साहिब जी महाराज कलगियां वाले पिता जिन्हां दियां रहमतां बख्शिशां सदका आप संगतां दे दर्शन प्राप्त होए धनवादी हां दिल्ली गुरुद्वारा प्रबंधक कमेटी दे आप समूह संगतां दे जिन्हां माण दे के नवाजिया ਭੁੱਲਣਾ ਚੁੱਕਾਂ ਬਖਸ਼ੋ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ